ਅੱਜ 25 ਮਾਰਚ 2023 ਹੈ ਪਿਛਲੇ 24 ਘੰਟੇ ਤੋਂ ਲੈ ਕੇ 48 ਘੰਟੇ ਦੇ ਵਿੱਚ ਪਾਕਿਸਤਾਨ ਤੋਂ ਲੈ ਕੇ ਪੰਜਾਬ, ਹਰਿਆਣਾ, ਰਾਜਸਥਾਨ, ਉੱਤਰ ਪ੍ਰਦੇਸ਼, ਦਿੱਲੀ, ਚੰਡੀਗੜ੍ਹ, ਹਿਮਾਚਲ, ਉੱਤਰਾਖੰਡ, ਜੰਮੂ ਹਰ ਜਗ੍ਹਾ ਤੇ ਮੌਸਮ ਨੇ ਨੁਕਸਾਨ ਕੀਤਾ ਹੈ ਤੇ ਹਜੇ ਵੀ ਅਗਲੇ ਜਿਹੜੇ 25 ਦਾ ਦਿਨ ਸ਼ਾਮ ਅਤੇ ਰਾਤ ਨੂੰ ਸਾਡੇ ਉੱਪਰ ਮੁਸੀਬਤ ਦੇ ਬੱਦਲ ਨੇ ਪਰੰਤੂ ਪੇਰਸ ਤੋਂ ਸਾਨੂੰ ਰਾਹਤ ਮਿਲਦੀ ਸੰਭਾਵਨਾ ਹੈ ਮੈਂ ਇਸ ਵੀਡੀਓ ਚ ਇਹ ਗੱਲ ਨਹੀਂ ਕਰ ਰਿਹਾ ਕਿ ਨੁਕਸਾਨ ਕਿੰਨਾ ਹੋਇਆ ਮੈਂ ਗੱਲ ਕਰਨ ਲੱਗਿਆ ਕਿ ਬਚਾ ਕਿਵੇਂ ਕਰੀਏ ਹੁਜਾ ਨੁਕਸਾਨ ਹੋ ਗਿਆ ਸਭ ਤੋਂ ਪਹਿਲਾਂ ਇੱਕ ਬੇਨਤੀ ਹੈ ਦੇਖੋ ਤੁਸੀਂ ਪਰਿਵਾਰ ਦੇ ਮੁਖੀ ਹੋ ਤੁਸੀਂ ਪਰਿਵਾਰ ਦੀ ਉਮੀਦ ਹੋ ਕਿਰਨ ਹੋ ਤੁਸੀਂ ਪਰਿਵਾਰ ਦਾ ਫਿਊਚਰ ਹੋ ਸਾਰਾ ਪਰਿਵਾਰ ਤੁਹਾਡੇ ਮੂੰਹ ਵੱਲ ਦੇਖ ਰਿਹਾ ਹੈ ਤੇ ਤੁਸੀਂ ਕਣਕ ਵੱਲ ਦੇਖ ਕੇ ਖੇਤ ਵੱਲ ਦੇਖ ਕੇ ਆਸ਼ਾ ਨਾ ਛੱਡੋ ਢੇਰੀ ਨਾ ਟਾਓ ਤੱਤੇ ਕਾ ਸਾਨੂੰ ਲੱਗਦਾ ਹੁੰਦਾ ਕਿ ਨੁਕਸਾਨ ਬਹੁਤ ਹੋ ਗਿਆ ਪਰੰਤੂ ਜਦੋਂ ਅਸੀਂ ਫਸਲ ਵੜਦੇ ਹਾਂ ਪਤਾ ਲੱਗਦਾ ਕਿ ਇਹ ਨੁਕਸਾਨ ਤਾਂ 4-5 ਮੰਨਦਾ ਹੀ ਸੀਗਾ ਐਵੇਂ ਜਿਹੜਾ ਹੈਗਾ ਅਸੀਂ ਜਿਹੜਾ ਗਲਤ ਸੋਚ ਬੈਠੇ ਤੇ ਕਈ ਵੀਰ ਜਿਹੜਾ ਹੈਗਾ ਕਦਮ ਵੀ ਗਲਤ ਚੱਕ ਜਾਂਦੇ ਆ ਮਰਦਾਂ ਦੇ ਉੱਪਰ ਮੁਸੀਬਤ ਪੈਂਦੀ ਰਹਿੰਦੀ ਹੈ ਮੁਸੀਬਤਾਂ ਆਉਂਦੀਆਂ ਰਹਿੰਦੀਆਂ ਨੇ ਖਿੜੇ ਮੱਥੇ ਉਹਨਾਂ ਨੂੰ ਸਵੀਕਾਰ ਕਰਨਾ ਹੁੰਦਾ ਤੇ ਪ੍ਰਮਾਤਮਾ ਦੇ ਭਾਣੇ ਨੂੰ ਸਮਝਣ ਦੀ ਤਾਕਤ ਸਾਡੇ ਵਿੱਚ ਨਹੀਂ ਹੈਗੀ ਇਹਦੇ ਕਰਕੇ ਦਿਲ ਮੇਰਾ ਵੀ ਪਤਲਾ ਹੈ ਮੇਰਾ ਵੀ ਨੁਕਸਾਨ ਹੋਇਆ ਪਰੰਤੂ ਇਹ ਨਹੀਂ ਹੈਗਾ ਕਿ ਢੇਰੀ ਟਾ ਕੇ ਬਹਿ ਜਾਈਏ ਪ੍ਰਮਾਤਮਾ ਦੇ ਭਾਣੇ ਨੂੰ ਮੰਨੋ ਉਹਨਾਂ 'ਤੇ ਵਿਸ਼ਵਾਸ ਕਰੋ ਪ੍ਰਮਾਤਮਾ ਤੁਹਾਡਾ ਨੁਕਸਾਨ ਨਹੀਂ ਕਰੇਗਾ ਐਵੇਂ ਨਹੀਂ ਜਿਹੜਾ ਹੈਗਾ ਢੇਰੀ ਜੀ ਟਾ ਕੇ ਤੇ ਸਾਰੇ ਪਰਿਵਾਰ ਨੂੰ ਜਿਹੜਾ ਜਵਾਕਾਂ ਦੇ ਮੂੰਹ ਦੇ ਉੱਪਰ ਔਣਕੜਾ ਆਤੀ ਇਹ ਸਭ ਕੁਝ ਔੜਾਤੀ ਤਾਨੂੰ ਕੀ ਪਤਾ ਪ੍ਰਮਾਤਮਾ ਨੇ ਤੁਹਾਡੇ ਦੀ ਕੀ ਸੋਚ ਰੱਖਿਆ ਚੜ੍ਹਦੀ ਕਲਾ ਚ ਹੋ ਪਹਿਲਾਂ ਹੁਣ ਅਗਲੀ ਗੱਲ ਇਸ ਸਮੇਂ ਨਾ ਕੋਈ ਖਾਦ ਪੈਣੀ ਹੈ ਨਾ ਕੋਈ ਸਪਰੇ ਹੋਣਾ ਕੁਛ ਨਹੀਂ ਹੋਣਾ ਜਿੱਥੇ ਕਿਤੇ ਪਾਣੀ ਖੜਾ ਉਹਦੇ ਨਾਲ ਕੀ ਹੋਏਗਾ ਜਿੱਥੇ ਜ਼ਿਆਦਾ ਪਾਣੀ ਖੜਾ ਮਾੜੇ ਮੋٹے ਦੋ ਉਂਗਲ ਤਿੰਨ ਉਂਗਲ ਨਾਲ ਨਹੀਂ ਕੁਝ ਹੋਣਾ ਜਿੱਥੇ ਜ਼ਿਆਦਾ ਪਾਣੀ ਖੜਾ ਉਹਦੇ ਨਾਲ ਕੀ ਹੋਏਗਾ ਜਿਵੇਂ ਆ ਖੇਤ ਹੈ ਕੋਈ ਦਿਨ ਪਹਿਲਾਂ ਇੱਥੇ ਪਾਣੀ ਖੜਾ ਰਿਹਾ ਸੀਗਾ ਤੇ ਇਹ ਕਣਕ ਸੁੱਕ ਗਈ ਅਨਾਲ ਦੀ ਕਣ ਖਰੀ ਖੜੀ ਖੜੀਏ ਦੇਖੋ ਜਿੱਥੇ ਪਾਣੀ ਖੜਾ ਸੀ ਉਹ ਸੁੱਕ ਗਿਆ ਸੁੱਕਣ ਦੇ ਨਾਲ ਕੀ ਹੁੰਦਾ ਹੈ ਕਿ ਜਿਹੜਾ ਦਾਣਾ ਹੈ ਉਹ ਜਿੱਥੇ ਹੈਗਾ ਉੱਥੇ ਹੀ ਰੁਕ ਜਾਂਦਾ ਹੈ ਜਿਵੇਂ ਪਿਛਲੇ ਤੋਂ ਪਿਛਲੇ ਸਾਲ ਪਟਿਆਲਾ ਤੇ ਫਤੇਗੜ ਸਾਹਿਬ ਦੇ ਏਰੀਆ ਚ ਹੋਇਆ ਸੀ ਕਣਕ ਜੀਰਾ ਬਣ ਗਈ ਸੀ ਉਹੋ ਜੀ ਕੰਡੀਸ਼ਨ ਬਣੇਗੀ ਕੁਝ ਜਗ੍ਹਾ ਤੇ ਤਾਂ ਇਹਦੇ ਕਰਕੇ ਇਸ ਜਗ੍ਹਾ ਤੋਂ ਕੀ ਤੋਂ ਕਣਕ ਨੂੰ ਬਚਾਉਣ ਦੇ ਲਈ ਜਿੱਥੇ ਜ਼ਿਆਦਾ ਪਾਣੀ ਖੜਾ ਉਸ ਪਾਣੀ ਨੂੰ ਕੱਢਣ ਦਾ ਇੰਤਜ਼ਾਮ ਕਰੋ ਇਹ ਨਹੀਂ ਹੈਗਾ ਕਿ ਕਿਸੇ ਗਰੀਬ ਦੇ ਹੋਰ ਦੇ ਖੇਤ ਤੋੜ ਦਿਓ ਇਹਨੂੰ ਤੁਸੀਂ ਨਦੀ ਨਾਲੇ ਜਿੱਥੇ ਪਾ ਸਕਦੇ ਹੋ ਜੇ ਕੁਝ ਨਹੀਂ ਕਰ ਸਕਦੇ ਨਾ ਆਪਾਂ ਪਿਛਲੇ ਸਾਲ ਆਲੂ ਦੀ ਫਸਲ ਬਚਾਈ ਸੀ ਟੋਏ ਪੱਟ-ਪੱਟ ਕੇ ਆਪਾਂ ਟੋਏ ਪੱਟੇ ਸੀਗੇ ਜੀਸੀਬੀ ਦੇ ਨਾਲ ਤਾਂ ਕਿ ਪਾਣੀ ਉਹ ਚ ਇਕੱਠਾ ਹੋ ਜੇ ਸਾਰੇ ਖੇਤ ਨੂੰ ਨੁਕਸਾਨ ਹੋਣ ਦੇ ਨਾਲੋਂ ਜੇਕਰ ਅਸੀਂ ਕੋਈ ਕਨਾਲ ਥਾਂ ਕੋਈ 10 ਮਰਲੇ ਥਾਂ ਖਰਾਬ ਹੁੰਦਾ ਤਾਂ ਕਰ ਲੋ ਪਾਣੀ ਉਹਦੇ ਵਿੱਚ ਆ ਜਾਏਗਾ ਤੇ ਬਾਕੀ ਕਣਕ ਦਾ ਜਿਹੜਾ ਹੈਗਾ ਬਚਾਅ ਹੋ ਜਾਏਗਾ ਤਾਂ ਤੁਹਾਡੇ ਕਰਨ ਵਾਲਾ ਕੰਮ ਸਰਪਿੰਨਾ ਹੈ ਕੇ ਇੱਕ ਦੂਜੇ ਦੀ ਮਦਦ ਕਰਕੇ ਜਿੱਥੇ ਪਾਣੀ ਜ਼ਿਆਦਾ ਖੜਾ ਉਸ ਪਾਣੀ ਨੂੰ ਕੱਢਣ ਦਾ ਕੋਸ਼ਿਸ਼ ਕਰੋ ਜੇ ਅਸੀ ਜੇ ਨਹੀਂ ਕੋਈ ਹੱਲ ਹੋ ਸਕਦਾ ਜੇਸੀ ਵੀ ਨਾਲ ਟੋਆ ਪਟਾ ਕੇ ਉੱਚ ਪਾਣੀ ਪਾਉਣ ਦੀ ਕੋਸ਼ਿਸ਼ ਕਰੋ ਤੇ ਆਹ ਕਿਸੇ ਦੇ ਚਿਹਰੇ ਦੇ ਉੱਤੇ ਜਿਹੜਾ ਹੈਗਾ ਉਦਾਸੀ ਨਹੀਂ ਹੋਣੀ ਚਾਹੀਦੀ ਪ੍ਰਮਾਤਮਾ ਦੇ ਭਾਣੇ ਨੂੰ ਮੰਨੋ ਤੇ ਸਬਰ ਅਤੇ ਸੰਤੋਖ ਤੋਂ ਕੰਮ ਲਵੋ ਤੁਹਾਡੇ ਲਈ ਪ੍ਰਮਾਤਮਾ ਨੇ ਪਤਾ ਨਹੀਂ ਕੀ ਕੁਝ ਅੱਗੇ ਲਿਖ ਕੇ ਰੱਖਿਆ ਹੋਇਆ ਤੁਹਾਨੂੰ ਕੀ ਕੀ ਮਿਲਣ ਆਲਾ ਇਹ ਨਿੱਕੀਆਂ ਨਿੱਕੀਆਂ ਮੁਸੀਬਤਾਂ ਦੇ ਉੱਤੇ ਮਰਦ ਝੁਕਦੇ ਨਹੀਂ ਹੁੰਦੇ ਤਾਂ ਧਿਆਨ ਰੱਖਿਓ ਜੋ ਪਰਿਵਾਰ ਤੁਹਾਡੇ ਵੱਲ ਦੇਖ ਰਿਹਾ ਹੈ ਮੈਂ ਮੰਨਦਾ ਨੁਕਸਾਨ ਹੋਇਆ ਹੈ ਬਹੁਤ ਜਗ੍ਹਾ ਫਸਲਾਂ ਤਬਾਹ ਹੋਈਆਂ ਹਨ ਪਰੰਤੂ ਹੌਸਲਾ ਹਾਰਨਾ ਜਿਹੜਾ ਹੈਗਾ ਇਹ ਮਰਦਾਂ ਦਾ ਕੰਮ ਨਹੀਂ ਹੁੰਦਾ ਤਾਂ ਇਹ ਸਾਡਾ ਕੰਮ ਨਹੀਂ ਹੈਗਾ ਅਸੀਂ ਜਿਹੜਾ ਹੈਗਾ ਮੁਸੀਬਤ ਦਾ ਮੱਥਾ ਲਾਉਣ ਆਲੇ ਆ ਤਾਂ ਤਕੜੇ ਹੋ ਕੇ ਜੇ ਪਾਣੀ ਹੈਗਾ ਉਹਨੂੰ ਕੱਢਣ ਦਾ ਕੋਸ਼ਿਸ਼ ਕਰੋ ਬਾਕੀ ਆਪਾਂ ਦੇਖਦੇ ਹਾਂ ਫਿਊਚਰ 'ਚ ਕੀ ਹੁੰਦਾ ਹੈ ਬਹੁਤ ਸਾਰੀਆਂ ਚੀਜ਼ਾਂ ਦੀ ਵਿਉਂਤਾਂ ਮੰਨੀਆਂ ਬੜਾ ਕੁਝ ਹੋਏਗਾ